ਸ਼੍ਰੀ ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣਗਾਵੋ ਗੁਰ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੁ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਏ ਜਨਮ ਨਰ ਲਾਭ ਲੇ ਸੁਭ ਭਜੈ ਸਦਾ ਸਤਨਾਮ ਵਿਸ਼ੇਸ਼ ਮਨ ਹੈ ਹੁਕਮ ਖਸਮ ਕੋ ਨੀਕੋ ਤਿਆਗ ਹੈ ਹਉ ਮੈਂ ਸਹਿਤ ਕਲੇਸ਼ ਪਾਏ ਜਨਮ ਨਰ ਲਾਭ ਲੇ ਸ਼ੁਭ ਭਜੈ ਸਦਾ ਸਤਨਾਮ ਵਿਸ਼ੇਸ਼ ਭਗਤ ਬਤਸ਼ਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਪਤਤ ਪਾਵਨ ਗੁਰਤਾ ਗੱਦੀ ਤੇ ਸੁਭਾਏਮਾਨ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਇੱਕ ਵਾਰੀ ਸਾਰੀਆਂ ਸੰਗਤਾਂ ਰਸਨਾ ਕਰੋ, ਪਵਿੱਤਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਰਹੇ ਸੀ, ਗੁਰ ਇਤਿਹਾਸ ਦੀ ਕਥਾ ਦਾ ਸਮਾਂ ਹੋਇਆ ਹੈ। ਆਓ ਬੜੇ ਪ੍ਰੇਮ ਦੇ ਨਾਲ ਗੁਰ ਇਤਿਹਾਸ ਦੀ ਕਥਾ ਵਿਚਾਰਨ ਦਾ ਯਤਨ ਕਰੀਏ। ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਥ ਪ੍ਰਤੱਖ ਹਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜਿਹੜੇ ਸੰਸਾਰ ਨੂੰ ਤਾਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਚਨਾ ਕਰ ਰਹੇ ਹਨ। ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਉਹਨਾਂ ਪਾਸ ਭਗਤ ਪੀਲੂ ਜੀ ਨੇ ਆਪਣੇ ਸ਼ਬਦ ਨੂੰ ਉਚਾਰਨ ਕਰਕੇ ਬਾਣੀ ਵਿੱਚ ਦਰਜ ਕਰਾਉਣ ਦਾ ਯਤਨ ਕੀਤਾ ਸੀ, ਬੇਨਤੀ ਕੀਤੀ ਸੀ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਸਿਧਾਂਤ ਸ਼ਬਦ ਦਾ ਗੁਰਬਾਣੀ ਨਾਲ ਨਾ ਮਿਲਣ ਕਰਕੇ ਇਨਕਾਰ ਕਰ ਦਿੱਤਾ ਕਿ ਗੁਰਬਾਣੀ ਦੇ ਵਿੱਚ ਇਹ ਸ਼ਬਦ ਅੰਕਿਤ ਨਹੀਂ ਕੀਤਾ ਜਾ ਸਕਦਾ ਹੈ। ਸ਼ਬਦ ਕੀ ਸੀ? ਪੀਲੂ ਬਾਚ, ਪੀਲੂ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਜੋ ਮੋਏ, ਉਹਨੇ ਚਿੱਕੜ ਪਾਓ ਨਾ ਬੋੜਿਓ ਨਾ ਆਲੂਦ ਪਏ। ਪੀਲੂ ਜੀ ਦੱਸਦੇ ਹਨ ਕਿ ਜਿਸ ਬੰਦੇ ਦਾ ਮਨ ਕਾਮ ਕ੍ਰੋਧ ਚ ਫਸ ਚੁੱਕਾ ਹੈ ਔਰ ਜਿਸ ਮਨੁੱਖ ਨੇ ਵਿਸ਼ਿਆਂ ਕਰਕੇ ਆਪਣੇ ਅੰਦਰ ਗੰਦਗੀ ਵੀ ਬਹੁਤ ਜ਼ਿਆਦਾ ਭਰ ਲਈ ਹੈ, ਸੰਸਾਰ ਰੂਪੀ ਚਿੱਕੜ ਵਿੱਚ ਜਿਹੜਾ ਗੰਦਾ ਹੋ ਚੁੱਕਾ, ਮੈਲਾ ਹੋ ਚੁੱਕਾ ਹੈ, ਇਹਦੇ ਨਾਲੋਂ, ਇਹੋ ਜਿਹੇ ਬੰਦੇ ਨਾਲੋਂ ਉਹ ਬੱਚਾ ਕਿਤੇ ਚੰਗਾ ਜਿਹੜਾ ਜੰਮਦਿਆਂ ਸਾਰ ਹੀ ਮਰ ਗਿਆ ਸੀ, ਦੁਨੀਆਂ ਦੇ ਵਿਕਾਰਾਂ ਦਾ ਜਿਹਦੇ ਉੱਪਰ ਅਸਰ ਨਹੀਂ ਪਿਆ। ਸਤਿਗੁਰੂ ਜੀ ਕਹਿਣ ਲੱਗੇ ਕਿ ਵਿਚਾਰ ਤਾਂ ਬੜਾ ਉੱਤਮ ਹੈ ਪਰ ਰੱਬ ਕੋਲੋਂ ਇਹ ਚੀਜ਼ ਮੰਗਣੀ ਆ ਵੀ ਜੰਮਦਿਆਂ ਹੀ ਮਰਦਾ, ਪਰਮਾਤਮਾ ਕੋਲੋਂ ਤੇ ਵਸਤੂ ਮੰਗਣੀ ਚਾਹੀਦੀ ਹੈ ਕਿ ਹੇ ਸੱਚੇ ਪਾਤਸ਼ਾਹ, ਆਪ ਜੀ ਦੀ ਕਿਰਪਾ ਦੇ ਨਾਲ ਬੜੇ ਹੀ ਲੰਮੇ ਸਮੇਂ ਤੋਂ ਬਾਅਦ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਪੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਤੇ ਹੁਣ ਮਿਲ ਜਗਦੀਸ਼ ਮਿਲਨ ਕੀ ਬਰੀਆ। ਤਾਂ ਵਾਹਿਗੁਰੂ ਪਾਸੋਂ ਕੀ ਮੰਗਣਾ ਚਾਹੀਦਾ ਹੈ
ਕਿ ਜਿਹੜਾ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ ਇਹਦੇ ਵਿੱਚ ਜੰਮਦਿਆਂ ਨਹੀਂ ਮਰਨਾ, ਬੰਦਗੀ ਕਰਕੇ ਮਰਨਾ ਚਾਹੀਦਾ। ਸੇਵਾ ਸਿਮਰਨ ਕਰਕੇ ਆਪਣੀ ਔਧ ਉਮਰ ਜਿਹੜੀ ਹੈ ਉਹ ਬਤੀਤ ਕਰਨੀ ਚਾਹੀਦੀ ਹੈ ਅਤੇ ਪਰਮਾਤਮਾ ਦੀ ਪ੍ਰਾਪਤੀ ਕਰ ਲੈਣੀ ਚਾਹੀਦੀ ਹੈ। ਤਾਂ ਐਸੇ ਪਵਿੱਤਰ ਬਚਨ ਸਤਿਗੁਰੂ ਜੀ ਨੇ ਪੀਲੂ ਜੀ ਨੂੰ ਸਮਝਾਏ ਹਨ ਅਤੇ ਸਮਝਾਉਂਦੇ ਹੋਏ ਇਹ ਬਚਨ ਕੀਤੇ ਕਿ ਇਹ ਜਨਮ ਵਾਹਿਗੁਰੂ ਦੇ ਹੁਕਮ 'ਚ ਹੈ, ਇਸ ਕਰਕੇ ਮਰਨ ਵੀ ਉਹਦੇ ਹੁਕਮ ਵਿੱਚ ਹੈ। ਇਹਦੇ ਤੋਂ ਭਾਣੇ ਤੋਂ ਉਲਟ ਜਿਹੜਾ ਚੱਲਣਾ ਹੈ ਇਹ ਵਾਹਿਗੁਰੂ ਪਰਮੇਸ਼ਰ ਨੂੰ ਭਾਉਂਦਾ ਨਹੀਂ ਹੈ। ਜਿੱਥੇ ਉਹ ਰੱਖੇ ਉੱਥੇ ਰਾਜ਼ੀ ਰਹਿਣਾ ਚਾਹੀਦਾ ਹੈ। ਅੱਜ ਸਾਰੀਆਂ ਸੰਗਤਾਂ ਬੜੇ ਪ੍ਰੇਮ ਦੇ ਨਾਲ ਸ਼੍ਰੀਮਾਨ ਸੰਤ ਅਤਰ ਸਿੰਘ ਜੀ ਮਹਾਂਪੁਰਸ਼ ਮਸਤੂ ਆਣੇ ਵਾਲੇ ਉਹਨਾਂ ਦੀ ਯਾਦ ਮਨਾ ਰਹੇ ਸੀ, ਨਾਲ ਨਾਲ ਮਹਾਂਪੁਰਸ਼ ਬਾਬਾ ਕਾਨ ਦਾਸ ਜੀ ਮੰਡੇਰਾਂ ਵਾਲੇ ਮੰਡਰਾਂ ਵਾਲੇ ਉਹਨਾਂ ਦੀ ਯਾਦ ਮਨਾਈ ਜਾ ਰਹੀ ਸੀ। ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲਿਆਂ ਦਾ ਇੱਕ ਦ੍ਰਿੜ ਵਿਸ਼ਵਾਸ ਸੀ ਉਹ ਕੀ ਕਿ ਜਿਹੜਾ ਮਨੁੱਖਾ ਜਨਮ 'ਚ ਇੱਕ ਵਾਰੀ ਅੰਮ੍ਰਿਤ ਛਕ ਲਏ, ਇਸ ਜਨਮ 'ਚ ਅੰਮ੍ਰਿਤ ਛਕੇ, ਅੰਮ੍ਰਿਤ ਛਕ ਕੇ ਰਹਿਤ 'ਚ ਰਵੇ, ਨਿਤਨੇਮੀ ਹੋਵੇ, ਮਰਿਆਦਾ 'ਚ ਚੱਲੇ, ਇਸ ਜਨਮ ਦੇ ਵਿੱਚ ਉਹਨੂੰ ਵਾਹਿਗੁਰੂ ਦੀ ਪ੍ਰਾਪਤੀ ਜ਼ਰੂਰ ਹੋਊਗੀ। ਫਿਰ ਉਹ ਨਾਲ ਕਹਿੰਦੇ ਵੀ ਜੇ ਤੁਸੀਂ ਨਿਤਨੇਮ 'ਚ ਢਿੱਲ ਕਰਦੇ ਹੋ, ਉਹਨਾਂ ਦਾ ਇੱਕ ਯਕੀਨ ਆ ਅੰਮ੍ਰਿਤ ਉੱਪਰ, ਕਹਿੰਦੇ ਅਗਲੇ ਜਨਮ 'ਚ ਹੋਊਗੀ। ਜੇ ਤੁਸੀਂ ਬਹੁਤੇ ਹੀ ਢਿੱਲੇ ਹੋ ਤਾਂ ਕਹਿੰਦੇ ਤੀਜਾ ਤਾਂ ਨਹੀਂ ਨਾ ਲੰਘੂਗਾ, ਪਰ ਅੰਮ੍ਰਿਤ ਛਕੇ। ਅਖੀਰ ਕਹਿੰਦੇ ਮਹਾਰਾਜ ਨੇ ਇੱਕ ਵਾਰੀ ਅੰਮ੍ਰਿਤ ਛਕ ਲਿਆ, ਹੋ ਸਕਦਾ ਹੈ ਵੀ ਕਿਸੇ ਕਾਰਨ ਕਰਕੇ ਉਹ ਇਸ ਬੰਦਗੀ ਵਾਲੇ ਮਾਰਗ 'ਤੇ ਨਾ ਤੁਰੇ, ਕੋਈ ਸੰਗਤ ਐਸੀ ਹੋ ਸਕਦੀ ਹੈ, ਕੋਈ ਕਰਮ ਪਿਛਲਾ ਐਸਾ ਹੋ ਸਕਦਾ। ਉਹਨਾਂ ਦਾ ਕਿੱਡਾ ਵੱਡਾ ਯਕੀਨ। ਉਹ ਕਹਿੰਦੇ ਫਿਰ ਮੈਂ ਤੈਨੂੰ ਇੱਕ ਸਿਰੇ ਦੀ ਗੱਲ ਕਹਾਂ, ਸੱਤਵੇਂ ਜਨਮ ਤੱਕ ਜ਼ਰੂਰ ਮੁਕਤ ਹੋ, ਇਹ ਤੋਂ ਵੱਧ ਸਿੱਖ ਜਨਮ ਨਹੀਂ ਲੈਂਦਾ ਜਿਹੜਾ ਅੰਮ੍ਰਿਤ ਛਕ ਕੇ ਬਾਣੀ ਦਾ ਅਭਿਆਸ ਕਰਦਾ, ਸਿਮਰਨ ਕਰਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਇਹ ਮਨੁੱਖਾ ਜਨਮ ਪੀਲੂ ਜੀ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਮਿਲਿਆ, ਇਹੋ ਜਿਹੀ ਗੱਲ ਵਾਸਤੇ ਨਹੀਂ ਮਿਲਿਆ ਵੀ ਜੰਮਦਿਆਂ ਹੀ ਮਰ ਜਾਣਾ ਚਾਹੀਦਾ। ਆਪ ਜੀ ਬਾਣੀ ਵਿੱਚ ਪੜ੍ਹਦੇ ਹੋ ਭਲੋ ਸਮੋਂ ਸਿਮਰਨ ਕੀ ਬਰੀਆ, ਇਹ ਸਿਮਰਨ ਕਰਨ ਦੀ ਵਾਰੀ ਹੈ। ਇਸ ਪ੍ਰਕਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਹਨੂੰ ਬੜੇ ਪ੍ਰੇਮ ਦੇ ਨਾਲ ਸਮਝਾਉਂਦੇ ਹਨ ਅਤੇ ਸਮਝਾਉਂਦੇ ਹੋਏ ਫਰਮਾ ਰਹੇ ਹਨ
ਪਾਏ ਜਨਮ ਨਰ ਲਾਭ ਲੈ ਸੁਭ ਭਜੈ ਸਦਾ ਸਤਨਾਮ ਵਿਸ਼ੇਸ਼। ਇਸ ਮਨੁੱਖਾ ਜਨਮ ਦਾ ਲਾਭ ਲਓ ਜਿੰਨਾ ਲੈ ਸਕਦੇ। ਲਾਭ ਕੀ ਲੈਣਾ ਹੈ? ਵਾਹਿਗੁਰੂ ਦੇ ਸਿਮਰਨ ਦਾ ਲਾਭ, ਸੇਵਾ ਦਾ ਲਾਭ, ਬੰਦਗੀ ਦਾ ਲਾਭ ਇਸ ਮਨੁੱਖਾ ਜਨਮ ਵਿੱਚੋਂ ਲੈਣਾ ਚਾਹੀਦਾ ਹੈ। ਮਨ ਹੈ ਹੁਕਮ ਖਸਮ ਕੋ ਨੀਕੋ ਤਿਆਗ ਤਿਆਗ ਹੈ ਹੋਮੈ ਸਹਿਤ ਕਲੇਸ਼। ਔਰ ਖਸਮ ਮਾਲਕ ਦੇ ਹੁਕਮ ਨੂੰ ਮੰਨਣਾ ਚਾਹੀਦਾ ਹੈ ਬੜੀ ਚੰਗੀ ਤਰ੍ਹਾਂ, ਤੇ ਹੋਮੈ ਦਾ ਤਿਆਗ ਕਰਨਾ ਚਾਹੀਦਾ ਹੈ। ਕਲੇਸ਼ਾਂ ਦਾ ਤਿਆਗ, ਹੋਮੈ ਦਾ ਤਿਆਗ ਤੇ ਵਾਹਿਗੁਰੂ ਦੇ ਹੁਕਮ ਵਿੱਚ ਚੱਲਣਾ ਚਾਹੀਦਾ ਹੈ। ਗੁਰਬਾਣੀ ਸਾਡੀ ਕਸਵੱਟੀ ਹੈ, ਕੱਲ ਵੀ ਬੇਨਤੀ ਕੀਤੀ ਸੀ। ਗੁਰਬਾਣੀ ਦੇ ਵਿੱਚ ਹਰ ਤਰ੍ਹਾਂ ਦੇ ਰੂਹਾਨੀਅਤ ਦੇ ਪ੍ਰਸ਼ਨ ਦਾ ਜਵਾਬ ਦਿੱਤਾ। ਰੂਹਾਨੀਅਤ ਗੁਰਬਾਣੀ ਦੇ ਵਿੱਚ ਠੀਕ ਹੈ, ਅੱਜ ਬੜੇ ਲੋਕ ਆਪਣੇ ਆਪ ਨੂੰ ਸੰਤ ਮਹਾਂਪੁਰਖ ਖਵਾਉਂਦੇ ਆ, ਪਰ ਸਹੀ ਮਾਇਨੇ ਵਿੱਚ ਨਾਮ ਜਪਣ ਵਾਲਾ ਕੌਣ ਹੈ, ਗੁਰਮੁਖ ਕੌਣ ਹੈ, ਮਹਾਂਪੁਰਸ਼ ਕੌਣ ਹੈ, ਇਹਦੀ ਤੁਸੀਂ ਪੜਚੋਲ ਗੁਰਬਾਣੀ ਦੇ ਸ਼ਬਦਾਂ ਵਿੱਚ ਤੁਸੀਂ ਕਰ ਸਕਦੇ। ਸਤਿਗੁਰੂ ਜੀ ਦਾ ਇੱਕ ਪਵਿੱਤਰ ਬਚਨ ਹੈ, ਮਾਨ ਮੋਹ ਔਰ ਲੋਭ ਵਿਕਾਰਾ ਬੀਓ ਚੀਤ ਨਾ ਘਾਲਿਓ, ਨਾਮ ਵੱਖਰ ਗੁਣਾ ਹਰ ਬਣਜੈ, ਲਾਦ ਵੱਖਰ ਲੈ ਚਾਲਿਓ, ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰੱਖਿਓ ਚੀਤ। ਪਰਮਾਤਮਾ ਦਾ ਪਿਆਰਾ ਕੌਣ? ਤਾਂ ਸਤਿਗੁਰੂ ਕਹਿੰਦੇ ਜਿਹਦੇ ਵਿੱਚ ਮਾਨ ਨਹੀਂ, ਜਿਹਦੇ ਵਿੱਚ ਮੋਹ ਨਹੀਂ, ਔਰ ਲੋਭ ਵਿਕਾਰਾ ਜਿਹਦੇ ਵਿੱਚ ਲੋਭ ਨਹੀਂ, ਜਿਹਦੇ ਵਿੱਚ ਵਿਕਾਰ ਮੈਨੇ ਕਾਮ ਕ੍ਰੋਧ ਨਹੀਂ। ਜਾਂ ਫਿਰ ਇੱਕ ਜਗ੍ਹਾ ਮਹਾਰਾਜ ਕਹਿੰਦੇ ਨੇ ਬੜਾ ਸੌਖਾ ਜਿਹਾ, ਦੋ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਬੰਦੇ ਦਾ ਨਾ ਮਾਇੰਡ ਚੇਂਜ ਕਰ ਦਿੰਦੀਆਂ ਨੇ, ਜਾਂ ਡਰ ਬੰਦੇ ਨੂੰ ਬਦਲ ਦਿੰਦਾ ਜਾਂ ਲਾਲਚ ਬੰਦੇ ਨੂੰ ਬਦਲ ਦਿੰਦਾ। ਇਹ ਦੋ ਚੀਜ਼ਾਂ ਬੰਦੇ ਦਾ ਮਨ ਬਦਲ ਦਿੰਦੀਆਂ, ਪਰ ਇਹਨਾਂ ਦੋਵਾਂ ਦਾ ਹੀ ਨਾਮ ਜਪਣ ਵਾਲੇ ਉੱਪਰ ਅਸਰ ਨਹੀਂ ਪੈਂਦਾ। ਆਪ ਜੀ ਨੇ ਇੱਕ ਬਚਨ ਸੁਣਿਆ ਹੋਊਗਾ, ਸੂਰ ਬੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਛਲੀ। ਦੂਸਰਾ ਵੀ ਬਚਨ ਬਾਣੀ ਦਾ ਸੁਣਿਆ ਹੋਵੇਗਾ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਕਈ ਵਾਰੀ ਪਤਾ ਕੀ ਹੁੰਦਾ ਹੈ, ਧਰਮ ਦੇ ਉੱਪਰ ਵੀ ਮਾਇਆ ਦਾ ਪ੍ਰਭਾਵ ਪੈਂਦਾ, ਮਾਇਕੀ ਪਦਾਰਥਾਂ ਦਾ ਵੀ ਪ੍ਰਭਾਵ ਪੈਂਦਾ। ਕਈ ਵਾਰੀ ਧਰਮੀ ਪੁਰਸ਼ਾਂ ਉੱਤੇ ਵੀ ਇਹ ਬਦੋ ਬਦੀ ਪ੍ਰਭਾਵ ਪੈ ਜਾਂਦਾ ਹੈ।
ਮੈਂ ਇੱਥੇ ਜ਼ਿਕਰ ਕਰਾਂ ਕਿ ਇੱਕ ਬੜੀ ਪ੍ਰਸਿੱਧ ਔਰਤ ਹੋਈ ਹੈ ਨੋਬਲ ਪੁਰਸਕਾਰ ਦੀ ਵਿਜੇਤਾ, ਬੀਬੀ ਜੇਮ ਐਡਮ। ਸ਼ਿਕਾਗੋ ਦੇ ਵਿੱਚ ਰਹਿੰਦੀ ਸੀ। ਸੰਤ ਜੀਵਨ, ਪਰਉਪਕਾਰੀ ਜੀਵਨ, ਜਿਵੇਂ ਭਗਤ ਪੂਰਨ ਸਿੰਘ ਜੀ ਜ਼ਿੰਦਗੀ ਸੀ, ਇੱਦਾਂ ਦੀ ਜ਼ਿੰਦਗੀ ਉਹਨਾਂ ਬਤੀਤ ਕੀਤੀ। ਦੋ ਚੀਜ਼ਾਂ ਸਾਡਾ ਮਨ ਬਦਲਦੀਆਂ, ਇੱਕ ਲੋਭ ਤੇ ਇੱਕ ਡਰ। ਜਦੋਂ ਪੀਟਰ ਆਲਟ ਗੋਲਡ ਮਰਿਆ ਨਾ, ਉਹ ਜੱਜ ਸੀ, ਅਮੈਰੀਕਾ ਦੇ ਲੋਕ ਉਹਦੇ ਨਾਲ ਬੜੀ ਨਫ਼ਰਤ ਕਰਦੇ। ਨਫ਼ਰਤ ਇੰਨੀ ਕੀਤੀ ਗਈ ਉਹਦੇ ਨਾਲ, ਜਿੱਦਣ ਇਹਦੀ ਮੌਤ ਹੁੰਦੀ ਹੈ, ਜਨਾਜ਼ਾ ਲੈ ਕੇ ਜਾਣਾ ਸੀ, ਉਹਦੇ ਨਾਲ ਤੁਰਿਆ ਕੋਈ ਨਾ। ਗੱਲ ਵਿੱਚੋਂ ਇਹ ਸੀ ਕਿ ਉਹਨੇ ਚਾਰ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਸੀ ਤੇ ਪੰਜਵੇਂ ਨੂੰ ਛੱਡ ਦਿੱਤਾ। ਜਿਹੜਾ ਪੰਜਵਾਂ ਸੀ ਨਾ, ਉਹਨੂੰ ਛੱਡਣ ਕਰਕੇ ਵੀ ਇਹਨੂੰ ਵੀ ਕਿਉਂ ਛੱਡਿਆ, ਇਹਨੂੰ ਵੀ ਫਾਂਸੀ ਤੇ ਨੂੰ ਲਾਉਣਾ ਚਾਹੀਦਾ ਸੀ, ਮਾਰਨਾ ਚਾਹੀਦਾ ਸੀ। ਇਸ ਕਰਕੇ ਲੋਕ ਉਹਦੇ ਨਾਲ ਨਫ਼ਰਤ ਕਰਦੇ। ਉੱਥੇ ਵਿਦਰੋਹ ਸੀ ਅਮੈਰੀਕਾ ਦੇ ਵਿੱਚ, ਵਿਦਰੋਹ ਕਰਨ ਵਾਲਿਆਂ ਨੂੰ ਉਹਨੇ ਫਾਂਸੀ ਦਿੱਤੀ ਸੀ, ਇੱਕ ਨੂੰ ਛੱਡਤਾ। ਹੁਣ ਜਦੋਂ ਕੋਈ ਵੀ ਨਹੀਂ ਨਾ ਗਿਆ, ਇਨਸਾਨੀਅਤ ਦੇ ਨਾਤੇ ਤੇ ਉਹ ਚੰਗਾ ਬੰਦਾ ਸੀ, ਘੱਟ ਹੀ ਪਰਵਾਹ ਕਰਦਾ ਸੀ ਦੁਨੀਆ ਦੀ, ਉਹਦੇ ਜਨਾਜ਼ੇ ਵਿੱਚ ਸ਼ਾਮਲ ਹੋਣ ਵਾਸਤੇ ਤਿਆਰ ਹੋਈ ਕੱਲੀ ਇੱਕ ਔਰਤ। ਸੱਜਣਾ ਨੇ ਬੜਾ ਡਰਾਇਆ ਵੀ ਤੇਰੇ ਫੰਡ ਘੱਟ ਜਾਣੇ, ਡੋਨੇਸ਼ਨ ਬਹੁਤ ਘੱਟ ਜਾਣੀ ਆ, ਹੋ ਸਕਦਾ ਹੈ ਵੀ ਜਿਹੜਾ ਤੂੰ ਪਰਉਪਕਾਰ ਦਾ ਕੰਮ ਕਰਦੀ ਆ ਨਾ, ਅਨਾਥ ਬੱਚੇ ਸਾਂਭਦੀ ਆ, ਅਨਾਥ ਲੜਕੀਆਂ ਸਾਂਭਦੀ ਆ, ਪੜ੍ਹਾਉਂਦੀ ਆ, ਬੜਾ ਕੁਛ ਸਿਖਾਉਣੀ ਆ, ਸਭ ਖਤਮ ਕਹਾਣੀ ਹੋ ਜੂ ਤੇਰੀ। ਰੁਪਈਆ ਤੈਨੂੰ ਮਿਲਣਾ ਨਹੀਂ, ਸੌਖੇ ਜੇ ਸ਼ਬਦਾਂ ਚ ਕਹਾਂ ਵੀ ਤੇਰੀ ਗੋਲਕ ਚ ਦੁੱਕੀ ਨਹੀਂ ਪੈਣੀ, ਰੁਪਈਆ ਤੈਨੂੰ ਚੜ੍ਹਨਾ ਨਹੀਂ, ਕਦੋਂ ਆਉਣਾ ਨਹੀਂ। ਪਰ ਉਹ ਹੋਰ ਕਿਸਮ ਦੀ ਔਰਤ ਸੀ, ਉਹ ਡੋਨੇਸ਼ਨ ਬਾਕਸ ਨਹੀਂ ਸੀ ਵੇਂਹਦੀ, ਪੈਸਾ ਨਹੀਂ ਸੀ ਵੇਂਹਦੀ, ਉਹ ਸੱਚ ਵੇਂਹਦੀ ਸੀ। ਤੇ ਕੱਲੀ ਉਹਦੇ ਜਨਾਜ਼ੇ ਵਿੱਚ ਸ਼ਾਮਲ ਹੋਈ ਸੀ, ਹੋਰ ਕੋਈ ਬੰਦਾ ਉੱਥੇ ਤੁਰਿਆ ਹੀ ਨਹੀਂ। ਬੰਦੇ ਦੀ ਗੱਲ ਮੈਂ ਕਰਦਾ, ਔਰਤਾਂ ਵਿੱਚੋਂ ਕੱਲੀ ਸ਼ਾਮਲ ਹੋਈ। ਜਿਹੜਾ ਸੰਤ ਆ ਨਾ, ਗੁਰਮੁਖ ਆ, ਰੱਬ ਦਾ ਪਿਆਰਾ ਵਾ, ਇਹ ਤੁਹਾਡੇ ਲੋਭ ਕਰਕੇ ਵੀ ਇਹ ਮਾਇੰਡ ਨਹੀਂ ਆਪਦਾ ਚੇਂਜ ਕਰਦਾ। ਮਹਾਰਾਜ ਕਹਿੰਦੇ ਸੂਰ ਬੀਰ ਬਚਨ ਕੇ ਬਲੀ, ਕੌਲਾ ਵਪਰੀ ਸੰਤੀ ਛਲੀ। ਤੇ ਇਹ ਪੈਸੇ ਨਾਲ ਖਰੀਦਿਆ ਨਹੀਂ ਜਾ ਸਕਦਾ। ਭਗਤ ਕਾਨੇ ਦਾ ਇਹੀ ਪ੍ਰਭਾਵ ਸੀ ਦੂਜੇ ਭਗਤਾਂ ਨੂੰ ਨਾਲ ਲਿਆਉਣਾ, ਵੀ ਸ਼ਾਇਦ ਮੇਰੀ ਨਾ ਰਾਜਸੀ ਪਹੁੰਚ ਤੋਂ, ਮੇਰੀ ਪੋਲੀਟੀਕਲ ਪਾਵਰ ਤੋਂ ਡਰ ਕੇ ਗੁਰੂ ਅਰਜਨ ਦੇਵ ਸਾਹਿਬ ਮੇਰਾ ਸ਼ਬਦ ਲਿਖ ਦੂ, ਜਿੱਦਾਂ ਮਿਹਰਬਾਨ ਨੇ ਲਿਖਤਾ, ਇਹ ਡਰ ਕੇ ਲਿਖ ਦੂਗਾ ਮੇਰਾ ਸ਼ਬਦ, ਇਹ ਡਰ ਜਾਵੇਗਾ, ਕਿਉਂ ਮਿਹਰਬਾਨ ਨੇ ਡਰ ਕੇ ਲਿਖ ਦਿੱਤਾ ਵਾ। ਉਸਤਤ ਲਿਖੀ ਸਗੋਂ ਉਹਦੀ, ਆਪਣੇ ਯਾਰ ਦੀ, ਸੱਜਣ ਦੀ।
ਦੂਸਰੀ ਘਟਨਾ ਇੱਥੇ ਪੇਸ਼ ਕਰਨ ਦਾ ਯਤਨ ਕਰਾਂ। ਇੱਕ ਬੜਾ ਅਮੀਰ ਆਦਮੀ ਉਹਨੂੰ ਬੀਬੀ ਨੂੰ ਆਣ ਕੇ ਕਹਿੰਦਾ ਕਿ ਮੈਂ ਤੁਹਾਨੂੰ ਬਹੁਤ ਜ਼ਿਆਦਾ ਪੈਸਾ ਦੇਣ ਨੂੰ ਤਿਆਰ ਹਾਂ, ਪਰ ਸ਼ਰਤ ਇਹ ਹੈ ਕਿ ਮੇਰੇ ਵੱਡਿਆਂ ਦੀ ਫੋਟੋ ਲੱਗਣੀ ਚਾਹੀਦੀ। ਗੁੱਸਾ ਨਾ ਕਰਿਓ, ਆਪਾਂ ਵੀ ਨਾਂ ਲਿਖਾਉਂਦੇ ਆਪਦੇ। ਮੇਰੇ ਵੱਡਿਆਂ ਦੀ ਫੋਟੋ ਲੱਗਣੀ ਚਾਹੀਦੀ। ਉਹ ਫੋਟੋ 6 ਮਹੀਨੇ ਜਿੱਥੇ ਰੱਖ ਕੇ ਗਿਆ ਸੀ ਉੱਥੇ ਫਰਸ਼ ਤੇ ਰੁਲੀ। ਉਹ ਕਹਿੰਦੀ ਮੈਨੂੰ ਤੇਰੇ ਪੈਸੇ ਦੀ ਪਰਵਾਹ ਨਹੀਂ, ਪਰ ਇਹੋ ਜਿਹਾ ਮਤਲਬ ਮੈਂ ਨਹੀਂ ਕੱਢਦੀ ਵੀ ਤੂੰ ਪੈਸਾ ਦੇ ਕੇ ਤੇ ਫੋਟੋ ਲਵਾਵੇਂ, ਪੈਸਾ ਦੇ ਕੇ ਤੇ ਨਾਂ ਲਿਖਾਵੇਂ ਆਪਣਾ। ਇਹ ਬੜੀ ਵੱਡੀ ਗੱਲ ਆ, ਸੁਣਨ ਨੂੰ ਤੁਹਾਨੂੰ ਸ਼ਾਇਦ ਜਾਪਦਾ ਹੋਊ ਵੀ ਇਹ ਕਿੱਦਾਂ ਦੀ ਗੱਲ ਆ, ਛੋਟੀ ਜਿਹੀ ਗੱਲ ਨਹੀਂ, ਛੋਟੀ ਨਹੀਂ, ਸਭ ਅੱਜ ਇੱਦਾਂ ਹੀ ਚੱਲਦਾ ਹੈ। ਪੈਸਾ ਦਿਓ ਫੋਟੋ ਲੱਗੇ, ਪੈਸਾ ਦਿਓ ਨਾਂ ਬੋਲਿਆ ਜਾਵੇਗਾ, ਪੈਸਾ ਦਿਓ ਮਾਣ ਕੀਤਾ ਜਾਵੇਗਾ। ਸ਼੍ਰੀਮਾਨ ਸੰਤ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਮਹਾਂਪੁਰਸ਼, ਥੋੜ੍ਹਾ ਜਿਹਾ ਮੈਂ ਜ਼ਿਕਰ ਅੱਜ ਕਥਾ ਤੋਂ ਲਾਂਭੇ ਤਾਂ ਕਰ ਰਿਹਾ ਕਿ ਵਿਸ਼ੇਸ਼ ਹੁਕਮ ਆਇਆ ਕਿ ਕੁਝ ਨਾ ਕੁਝ ਉਹਨਾਂ ਦੇ ਜੀਵਨ 'ਚ ਕਹਿਣ ਦਾ ਯਤਨ ਕਰਨਾ, ਨਾਲ ਹੀ ਬਾਬਾ ਕਾਨ ਦਾਸ ਜੀ ਦਾ ਵੀ ਕਰਨ ਦਾ ਜ਼ਿਕਰ ਕਰੂੰਗਾ। ਉਹਨਾਂ ਦੇ ਵੇਲੇ ਨਾ ਜਦੋਂ ਵਿਦਿਅਕ ਕਾਨਫਰੰਸ ਹੁੰਦੀ ਸੀ ਉਦੋਂ ਨਾ ਸਿੱਖ ਮਾਇਆ ਦੀ ਅਪੀਲ ਕਰਦਾ ਸੀ ਸਟੇਜ ਤੇ ਖਲੋ ਕੇ ਵੀ ਮੈਂ ਆਹ ਧਾਰਮਿਕ ਕੰਮ, ਅਸੀਂ ਕਾਲਜ ਬਣਾਉਣ ਲੱਗੇ, ਪੈਸਾ ਚਾਹੀਦਾ। ਸੰਤਾਂ ਨੇ ਪਤਾ ਕੀ ਵੇਖਿਆ, ਸੰਤ ਅਪੀਲ ਕਰਨ ਦੇ ਵਿਰੁੱਧ ਸੀ। ਉਹ ਕਹਿੰਦੇ ਸੀ ਸਿੱਖਾਂ ਦਾ ਆਪਣੇ ਆਪ ਫਰਜ਼ ਬਣਦਾ ਵਾ, ਗੁਰੂ ਦੀ ਹਜ਼ੂਰੀ 'ਚ ਅਪੀਲ ਕਰਕੇ ਮੰਗਣਾ ਕੋਈ ਬਹੁਤੀ ਚੰਗੀ ਗੱਲ ਨਹੀਂ, ਆਪੇ ਤੁਸੀਂ ਦਿਓ ਤੁਹਾਡਾ ਫਰਜ਼। ਤਾਂ ਸੰਤਾਂ ਨੇ ਵੇਖਿਆ ਵੀ ਜਿਹੜਾ 10 ਰੁਪਈਏ ਦੇਵੇ ਕੋਈ ਜਕਾਰਾ ਨਹੀਂ ਛੱਡਦਾ, ਕੋਈ ਸਰੂਪਾ ਨਹੀਂ ਦਿੰਦਾ। ਜਿਹੜਾ 20 ਰੁਪਈਏ ਪਾਵੇ, ਉਦੋਂ ਤਾਂ 20 ਬਹੁਤ ਸੀ, ਪਰ ਜਦੋਂ ਕੋਈ 500 ਦੀ ਸੇਵਾ ਕਰੇ ਤੇ ਸੈਕਟਰੀ ਫਿਰ ਫੜ ਕੇ ਸਪੀਕਰ ਜਾਂ ਖਲੋ ਕੇ ਸਟੇਜ ਤੇ ਦੇ ਜਕਾਰੇ ਤੇ ਜਕਾਰ, ਤੇ ਜਦੋਂ ਕਿਸੇ ਰਾਜੇ ਮਹਾਰਾਜੇ ਨੇ 5,000 ਦੀ ਸੇਵਾ ਕੀਤੀ ਤੇ ਜਕਾਰਿਆਂ ਦੀ ਝੜੀ। ਸੰਤ ਕਹਿੰਦੇ ਕਮਾਲ ਹੋ ਗਈ, ਗੁਰੂ ਦੇ ਘਰ ਦੇ ਵਿੱਚ ਵੀ ਕਹਿੰਦੇ ਮਾਇਆ ਦਾ ਹੀ ਬੋਲਬਾਲਾ ਹੋ ਗਿਆ, ਮਾਇਆ ਦੀ ਜੈ ਜੈਕਾਰ ਹੋ ਰਹੀ ਗੁਰੂ ਦੇ ਘਰ ਦੇ ਵਿੱਚ। ਕਹਿੰਦੇ ਜੀ ਫਿਰ ਕੀ ਕਰੀਏ, ਕਹਿੰਦੇ ਇੱਥੇ ਅਸੀਂ ਦਵੈਤ ਮੇਟਣ ਆਏ ਸੀ, ਗਰੀਬ ਅਮੀਰ ਦਾ ਫਰਕ ਮੇਟਣ ਆਏ ਸੀ, ਗਰੀਬ ਕੀ ਸੋਚੂਗਾ ਜਿਹਨੇ ਦੱਸ ਦਿੱਤੇ ਵੀ ਮੇਰੇ ਵਰੀ ਜਕਾਰਾ, ਜ਼ਬਾਨ ਬੰਦ ਹੋ ਜਾਂਦੀ ਹੈ, ਸ਼ਬਦ ਨਹੀਂ ਨਿਕਲਦੇ ਕਿ ਭੁੱਲ ਜਾਂਦਾ ਜਕਾਰਾ, ਮੇਰੇ ਵਰੀ ਸਰੂਪੇ ਦਾ ਕੱਪੜਾ ਥੁੜ ਜਾਂਦਾ। ਤਾਂ ਕਹਿੰਦੇ ਮਹਾਂਪੁਰਖੋ ਫਿਰ ਕਰੀਏ ਕੀ, ਕਹਿੰਦੇ ਨਿਸ਼ਾਨ ਸਾਹਿਬ ਦੇ ਲਾਗੇ ਇੱਕ ਸੱਜਣ ਬਹਾਦੋ, ਜਿਹੜੀ ਸੇਵਾ ਦੇਣੀ ਉੱਥੇ ਦਈ ਜਾਓ ਤੇ ਇੱਕੇ ਵਾਰੀ ਅਖੀਰ ਤੇ ਅਰਦਾਸ ਕਰਾਂਗੇ ਕੋਈ ਕਿਸੇ ਦੇ ਨਾਂ ਲੈ ਕੇ ਇੱਥੇ ਵਿਸ਼ੇਸ਼ ਜਕਾਰੇ ਨਹੀਂ ਲੱਗਣਗੇ ਗੁਰਦੁਆਰੇ, ਕਿਉਂ ਇੱਥੇ ਮੇਰ ਤੇਰ ਖਤਮ ਕੀਤੀ ਜਾਂਦੀ, ਜੇ ਇੱਥੇ ਹੀ ਦਵੈਤ ਪੈਦਾ ਕਰਨੀ ਤੇ ਫਾਇਦਾ ਕੀ ਹੈ, ਲਾਭ ਕੀ ਆ। ਇੱਦਾਂ ਦਾ ਸੁਭਾਅ ਸੀ ਉਹਨਾਂ ਦਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੰਗਲ ਸਿੰਘ ਜੀ ਬੇਨਤੀ ਕੀਤੀ ਕਿ ਮਹਾਰਾਜ ਲੰਗਰ ਮਸਤਾਨਾ ਹੈ, ਪੈਸੇ ਨਹੀਂ ਹੈ,
ਸੇਵਕ ਨੂੰ ਕਹਿਣ ਲੱਗੇ ਆਪਣੇ ਕੋਲੇ ਕਿੰਨੇ ਆ? ਕਹਿੰਦੇ ਜੀ 1000 ਰੁਪਈਆ। ਕਹਿੰਦੇ ਦੇ ਦੇ ਫਿਰ ਲੰਗਰ ਵਾਸਤੇ। ਜੀ ਲੋੜ ਪੈ ਸਕਦੀ ਆ? ਕਹਿੰਦੇ ਤੂੰ ਦੇ ਦੇ, ਲੰਗਰ ਤੋਂ ਵੱਧ ਕੀ ਲੋੜ ਆ। ਧੰਨ ਗੁਰੂ ਗੋਬਿੰਦ ਸਿੰਘ ਦਾ ਬਚਨ ਸੀ, ਦੇਗ ਤੇਗ ਜਗ ਮੈਂ ਦਊ ਚੱਲੇ। ਇਸ ਕਰਕੇ ਲੰਗਰ ਨਹੀਂ ਬੰਦ ਹੋਣਾ ਚਾਹੀਦਾ। 1000 ਰੁਪਈਆ ਮਸਤੂਆਣੇ ਤੋਂ ਮੰਗਾ ਕੇ ਦਿੱਤਾ, 2000 ਰੁਪਈਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਹੱਥ ਤੇ ਧਰਤਾ ਤੇ ਆਪ ਜੇਬਾਂ ਖਾਲੀ ਕਰਕੇ ਝਾੜਤੀਆਂ। ਐਸਾ ਸੁਭਾਅ ਸੀ ਉਹਨਾਂ ਦਾ। ਮਹਾਰਾਜਾ ਪਟਿਆਲੇ ਵਾਲਾ ਇੱਕ ਵਾਰੀ ਦਰਸ਼ਨ ਕਰਨ ਆਇਆ, ਦਮਦਮਾ ਸਾਹਿਬ ਸੇਵਾ ਚੱਲਦੀ ਪਈ ਸੀ ਗੁਰੂ ਕੇ ਤਾਲ ਦੀ। ਮਹਾਰਾਜੇ ਦੇ ਨਾਲ ਜਿਹੜਾ ਵਜ਼ੀਰ ਸੀ ਉਹ ਸੀ ਮੁਸਲਮਾਨ, ਉਹਨੂੰ ਸ਼ਰਧਾ ਨਹੀਂ ਸੀ ਮਹਾਰਾਜ ਤੇ, ਗੁਰੂ ਗ੍ਰੰਥ ਸਾਹਿਬ ਤੇ, ਗੁਰੂ ਘਰ ਤੇ ਬਹੁਤੇ। ਉਹ ਰਾਹ ਚ ਗੱਲਾਂ ਕਰਦਾ ਆਵੇ ਵੀ ਇਹ ਫਕੀਰ ਲੋਕ ਆ, ਕੋਈ ਮੰਗ ਲੈਣਗੇ, ਕੋਈ ਡਿਮਾਂਡ ਕਰਨਗੇ, ਕੋਈ ਸੇਵਾ ਲਾ ਦੇਣਗੇ, ਐਵੇਂ ਪੈਸਿਆਂ ਦਾ ਖੋ ਹੀ ਆ। ਉਹ ਮਹਾਰਾਜੇ ਦੀ ਸ਼ਰਧਾ ਸੀ ਵੀ ਨਹੀਂ ਏਦਾਂ ਦੀ ਗੱਲ ਨਹੀਂ ਆ। ਮਹਾਰਾਜੇ ਨੇ ਵੇਖਿਆ ਵੀ ਦਮਦਮੇ ਸਾਹਿਬ ਦੀ ਸੇਵਾ ਚੱਲਦੀ ਪਈ ਆ, ਉਹਨੇ ਬੇਨਤੀ ਕੀਤੀ ਸੰਤਾਂ ਨੂੰ ਵੀ ਮੈਨੂੰ ਇਕੱਲੇ ਨੂੰ ਸੇਵਾ ਦਿਓ, ਸਾਰੇ ਤਖ਼ਤ ਮੈਂ ਇਕੱਲਾ ਕਰਾਊਂਗਾ, ਸਾਰੀ ਸੇਵਾ ਕਰਾਊਂਗਾ। ਅਜੇ ਤੇ ਸਰੋਵਰ ਦੀ ਚੱਲਦੀ ਪਈ ਸੀ, ਉਹ ਕਹਿੰਦੇ ਮੈਂ ਤਖ਼ਤ ਦੀ ਵੀ ਕਰਾਊਂਗਾ, ਸਾਰੀ ਸੇਵਾ ਕਰੂੰਗਾ ਮੈਂ। ਮਹਾਂਪੁਰਖ ਕਹਿਣ ਲੱਗੇ ਜੀ ਅਸੀਂ ਦਸਾਂ ਨੌਵਾਂ ਦੀ ਕਿਰਤ ਵਾਲੇ ਸਿੱਖਾਂ ਦੇ ਪੈਸੇ ਨਾਲ ਸੇਵਾ ਕਰਾਉਂਗੇ। ਮਹਾਰਾਜੇ ਨੂੰ ਜਵਾਬ, ਇਸ ਕਰਕੇ ਤੁਸੀਂ ਗੁੱਸਾ ਨਾ ਕਰੋ, ਇਹ ਸੇਵਾ ਸਿੱਖਾਂ ਦੇ ਰੁਪਈਏ ਨਾ ਹੀ ਹੋਣ ਦਿਓ, ਜੋ ਸਿੱਖ ਕਮਾਈ ਕਰਦੇ ਜਿੰਨੇ ਵੀ ਦਿੰਦਾ ਕੋਈ। ਮਹਾਰਾਜੇ ਨੇ ਮੁਸਲਮਾਨ ਫਕੀਰ ਨੂੰ ਇੰਨਾ ਡਾਂਟਿਆ, ਕਹਿੰਦਾ ਮੈਂ ਤੈਨੂੰ ਆਖਿਆ ਸੀ ਜਾਣੀ ਜਾਣ ਪੁਰਖਾ ਤੂੰ ਨਾ ਨਿੰਦਿਆ ਕਰ ਮੇਰੇ ਨਾਲ, ਸਿਰ ਫਸਾਈ ਗਿਆ ਵੀ ਉਹ ਮੰਗੂਗਾ ਮੰਗੂਗਾ। ਹੁਣ ਕਹਿੰਦਾ ਮੈਂ ਮੰਗੀ ਤੇ ਉਹਨੇ ਟਕੇ ਅਰਗਾ ਜਵਾਬ ਦਿੱਤਾ ਜੀ, ਜਾਂ ਤੁਰ ਕਹਿੰਦੇ ਮਹਾਰਾਜਾ ਹੋਵੇਗਾ ਆਪਦੇ ਘਰ ਹੋਵੇਗਾ, ਇੱਥੇ ਤੇ ਸਿੱਖਾਂ ਦੇ ਰੁਪਈਏ ਦੇ ਨਾਲ ਸੇਵਾ ਹੋਊ। ਤਾਂ ਗੁਰਬਾਣੀ ਸਾਨੂੰ ਕੀ ਸਮਝਾਉਂਦੀ ਹੈ? ਗੁਰਬਾਣੀ ਕਹਿੰਦੀ ਹੈ ਕਿ ਸਾਧੂ ਪੁਰਖ ਗੁਰਸਿੱਖ ਨਾਮ ਅਭਿਆਸੀ ਮਹਾਤਮਾ ਇਹਨਾਂ ਉੱਪਰ ਮਾਇਕੀ ਪ੍ਰਭਾਵ ਨਹੀਂ ਪੈਂਦਾ, ਤੇ ਜੇ ਕੋਈ ਪਾਉਣਾ ਚਾਹੇ ਇਹ ਪ੍ਰਵਾਹ ਨਹੀਂ ਕਰਦੇ। ਇੱਥੇ ਇਕੱਲੇ ਕਾਨੇ ਦੀ ਗੱਲ ਨਹੀਂ ਹੈ, ਭਗਤ ਪੀਲੂ ਜੀ ਦੀ ਗੱਲ ਨਹੀਂ ਹੈ, ਇੱਥੇ ਤੇ ਜਹਾਂਗੀਰ ਵਰਗੇ ਬਾਦਸ਼ਾਹਾਂ ਦੀ ਵੀ ਗੱਲ। ਉਹਨਾਂ ਆਖਿਆ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਲਿਖ ਦਿਓ ਗੁਰੂ ਗ੍ਰੰਥ ਸਾਹਿਬ ਚ, ਮੇਰਾ ਸੰਮਤ ਲਿਖ ਦਿਓ ਵੀ ਮੈਂ ਬਾਦਸ਼ਾਹ ਸੀ, ਮੇਰਾ ਨਾਂ ਲਿਖ ਦਿਓ, ਕੀ ਫਰਕ ਹੈ, ਇੱਕ ਥੋੜੀ ਜਿਹੀ ਸ਼ਾਹੀ ਲੱਗਣੀ। ਪਰ ਸਤਿਗੁਰੂ ਨੇ ਸਾਫ਼ ਜਵਾਬ ਦਿੱਤਾ ਸੀ ਕਿ ਇਹ ਬਾਣੀ ਸਾਡੇ ਵਸ ਦੀ ਗੱਲ ਨਹੀਂ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਹੋਏ। ਹਾਂ ਆਪੋ ਬੋਲ ਨਾ ਜਾਣਦਾ, ਸਭ ਕਹਿਆ ਹੁਕਮਾਹੋ ਜੀਓ, ਆਪਣੇ ਆਪ ਤੇ ਮੈਂ ਬੋਲਦਾ ਵੀ ਨਹੀਂ ਹੈ, ਜੋ ਬੁਲਾਇਆ ਜਾਂਦਾ ਮੈਂ ਬੋਲਦਾ, ਜੋ ਲਿਖਾਇਆ ਜਾਂਦਾ ਹੈ ਮੈਂ ਲਿਖਦਾ ਵਾਂ। ਤਾਂ ਭਗਤ ਪੀਲੂ ਦੀ ਵੀ ਬਾਣੀ ਮਹਾਰਾਜ ਨੇ ਨਹੀਂ ਗੁਰੂ ਗ੍ਰੰਥ ਸਾਹਿਬ ਚ ਦਰਜ ਕੀਤੀ
ਕਿਉਂਕਿ ਉਹਨਾਂ ਦੀ ਵੀ ਬਾਣੀ ਸਿਧਾਂਤ ਤੋਂ ਪਾਸੇ ਚਲੀ ਗਈ। ਦੋਹਰਾ ਛੱਜੂ ਕੋ ਮਤ ਆਪਣੋ ਜਸ ਨਿਸ਼ਚਾ ਮਨ ਕੀਨ। ਇਸ ਪ੍ਰਕਾਰ ਫਿਰ ਭਗਤ ਛੱਜੂ ਜੀ ਉਹਨਾਂ ਨੂੰ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਹੈ ਕਿ ਤੁਹਾਡੇ ਮਨ ਦਾ ਨਿਸ਼ਚਾ ਕਿੱਥੇ ਖਲੋਤਾ ਹੈ, ਤੁਸੀਂ ਕੋਈ ਸ਼ਬਦ ਆਪਣੀ ਰਸਨਾ ਤੋਂ ਉਚਾਰਨ ਕਰੋ। ਗੁਰ ਆਇਸ ਕੋ ਮਾਨ ਕਰ ਬੋਲਿਓ ਸ਼ਬਦ ਨਵੀਨ। ਭਗਤ ਛੱਜੂ ਜੀ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਸ਼ਬਦ ਉਚਾਰਨ ਕਰਦੇ ਹਨ। ਛੱਜੂ ਵਾਚ ਕਾਗਦ ਸੰਧੀ ਪੁਤਲੀ ਤਉ ਨਤਰੀਆ ਨਿਹਾਰ। ਕਮਾਲ ਕੀਤੀ ਪਈ ਭਗਤ ਛੱਜੂ ਜੀ ਨੇ ਵੀ, ਉਹ ਕਹਿੰਦੇ ਕਾਗਜ਼ਾਂ ਦੀ ਜਿਹੜੀ ਬਣੀ ਹੋਈ ਹੈ ਨਾ, ਕਾਗਜ਼ਾਂ ਦੀ ਇੱਕ ਤੇ ਔਰਤ ਆ ਨਾ ਜਿਹੜੀ ਹੱਡ ਚੰਮ ਮਾਸ ਦੀ ਤੁਸੀਂ ਦੇਖਦੇ ਹੋ ਬੰਦੇ ਦੇ ਬਰਾਬਰ, ਇੱਕ ਉਹ ਕਹਿੰਦਾ ਜੇ ਕਾਗਜ਼ ਦੀ ਵੀ ਔਰਤ ਬਣੀ ਹੋਈ ਭੁਲੇਖੇ ਨਾ ਵੇਖ ਨਾ ਲਈ ਉਹਨੂੰ। ਯੋਹੀ ਮਾਰ ਲਿਜਾ ਵਹੀ ਜਥਾ ਬਲੋਚਨ ਧਾਰ। ਜਿਵੇਂ ਬਲੋਚਾਂ ਦੀ ਧਾੜ ਲੁੱਟ ਕੇ ਲੈ ਜਾਂਦੀ, ਏਦਾਂ ਤੇਰਾ ਮਨ ਜਿਹੜਾ ਹੈ ਉਹ ਲੈ ਜਾਵੇਗੀ, ਸਰੀਰ ਰਹਿ ਜਾਵੇਗਾ, ਮਨ ਉਹਦੇ ਨਾਲ ਤੁਰ ਜਾਵੇਗਾ। ਤੇਰੇ ਮਨ ਉੱਤੇ ਔਰਤ ਦਾ ਇੰਨਾ ਅਸਰ ਪਵੇਗਾ। ਜੇ ਇਹਦਾ ਇੱਕ ਹੋਰ ਅਰਥ ਕਰੀਏ ਵੀ ਜੇ ਕਾਗਜ਼ ਦੀ ਮੈਨੇ ਫੋਟੋ ਵੀ ਲੱਗੀ ਹੋਵੇ ਨਾ, ਔਰਤ ਦੀ ਨਹੀਂ ਦੇਖਣੀ ਚਾਹੀਦੀ। ਏਦਾਂ ਮਹਾਰਾਜ ਜੀ ਨੇ ਭਗਤ ਛੱਜੂ ਜੀ ਨੇ ਆਪਣੀ ਉਪਰਾਮਤਾ ਦਰਸਾਈ ਆ, ਭਾਵੇਂ ਕਿ ਉਹ ਗ੍ਰਿਸਤੀ ਸੀ, ਉਹਨਾਂ ਵੀ ਆਪਣੀ ਔਰਤ ਵੱਲੋਂ ਉਪਰਾਮਤਾ ਦਿਖਾਈ ਹੈ। ਹੁਣ ਮਹਾਰਾਜ ਕੀ ਜਵਾਬ ਦਿੰਦੇ ਨੇ, ਆਓ ਸੁਣੀਏ ਪ੍ਰੇਮ ਦੇ ਨਾਲ। ਸਵਈਆ ਛੰਦ ਛੱਜੂ ਭਗਤ ਸੁਨੋ ਮਤ ਹਮਰੋ ਪੰਥ ਰਚਿਓ ਕਰਬੇ ਸਤ ਸੰਗ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ, ਛੱਜੂ ਭਗਤ ਜੀ ਸਾਡੀ ਬੇਨਤੀ ਹੈ, ਜਿਹੜਾ ਸਾਡਾ ਪੰਥ ਆ ਨਾ ਰਸਤਾ ਵਾ, ਇਹ ਇਕੱਲੇ ਬੰਦੇ ਦਾ ਨਹੀਂ, ਇਹ ਸਤਸੰਗ ਦਾ ਰਸਤਾ ਹੈ। ਸਤਸੰਗ ਕਿਹਨੂੰ ਕਹਿੰਦੇ, ਜਿੱਥੇ ਇਕੱਠ ਹੁੰਦਾ ਹੈ। ਜਿਵੇਂ ਇੱਕ ਸਿੱਖ ਦੋਏ ਸਾਧ ਸੰਗ, ਪੰਜੀ ਪਰਮੇਸ਼ਰ ਭਾਈ ਗੁਰਦਾਸ ਹੈ। ਇਕੱਲਾ ਹੋਵੇ ਤੇ ਉਹਨੂੰ ਸਿੱਖ ਕਿਹਾ ਜਾਂਦਾ, ਦੋ ਹੋਵੇ ਤੇ ਉਹਨੂੰ ਸਾਧ ਸੰਗ ਕਿਹਾ ਜਾਂਦਾ। ਜਿੱਥੇ ਪੰਜ ਬੈਠੇ ਹੋਣ ਉੱਥੇ ਰੱਬ ਬਹਿੰਦਾ, ਤੇ ਕਿੰਨੇ ਬੈਠੇ ਆ ਤੁਸੀਂ? ਸਾਡਾ ਜਿਹੜਾ ਮਤ ਆ ਇਹ ਇਕੱਠ ਦਾ ਮਤ ਆ, ਇਕੱਠਿਆਂ ਹੋਣ ਦਾ ਮਤ ਆ। ਇਸ ਕਰਕੇ ਅਸੀਂ ਇਹ ਗੱਲ ਤੁਹਾਡੀ ਪ੍ਰਵਾਨ ਨਹੀਂ ਕਰ ਸਕਦੇ ਜਿਹੜੀ ਤੁਸੀਂ ਕਹੀ ਹੈ ਵੀ ਔਰਤ ਦੇ ਮੱਥੇ ਵੀ ਨਹੀਂ ਲੱਗਣਾ। ਸਿਮਰੈ ਮਿਲਕਰ ਸ੍ਰੀ ਪਰਮੇਸ਼ਰ ਗ੍ਰਿਸਤ ਵਿਖੇ ਲਿਵਲਾਏ ਅਭੰਗ। ਔਰ ਸਾਡਾ ਮਤ ਕੀ ਹੈ ਕਿ ਵਾਹਿਗੁਰੂ ਦਾ ਸਿਮਰਨ ਕਰਨਾ ਕਿੱਥੇ, ਗ੍ਰਿਸਤ ਵਿੱਚ ਮਿਲ ਕੇ ਅਭੰਗ ਇੱਕ ਰਸ ਲਗਾਤਾਰ ਘਰ ਦੇ ਵਿੱਚ ਰਹਿ ਕੇ ਸਿਮਰਨ ਕਰਨਾ, ਪਰਿਵਾਰ ਵਿੱਚ ਰਹਿ ਕੇ ਸਿਮਰਨ ਕਰਨਾ, ਇਹ ਸਾਡਾ ਮਤ ਹੈ। ਹੋਰ ਸਾਡੇ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਦੱਸਦੇ ਹਨ। ਕਾਰ ਧਰਮ ਕੀ ਕਰ ਗੁਜ਼ਰਨ ਸੇਵੈ ਸੰਤਨ ਸਹਿਤ ਉਮੰਗ। ਤੇ ਧਰਮ ਦੀ ਕਾਰ ਕਰੇ, ਕਿਰਤ ਕਰਕੇ ਧਰਮ ਦੀ ਪ੍ਰਸ਼ਾਦਾ ਛਕੇ ਤੇ ਸੰਤਾਂ ਦੀ ਸੇਵਾ ਚਾਅ ਦੇ ਨਾਲ ਕਰੇ, ਉਤਸ਼ਾਹ ਦੇ ਨਾਲ ਸੰਤਾਂ ਦੀ ਸੰਗਤਾਂ ਦੀ ਸੇਵਾ ਕਰੇ। ਭਾਉ ਭਗਤ ਕਰ ਜਗਤ ਸੋ ਤਰ ਹੈ ਸਤਨਾਮ ਕੋ ਚੜਬੋ ਰੰਗ। ਤਾਂ ਇਸ ਪ੍ਰਕਾਰ ਪ੍ਰੇਮਾ ਭਗਤੀ ਕਰਕੇ
ਦੁਨੀਆਂ ਨੂੰ ਤਰੇ ਤੇ ਸਤਨਾਮ ਦਾ ਸਿਮਰਨ ਦਾ ਫਿਰ ਰੰਗ ਚੜੇਗਾ ਇੱਕ ਦਿਨ, ਘਰ ਦੇ ਵਿੱਚ ਰਹਿ ਕੇ ਹੀ ਰੰਗ ਚੜ ਜਾਵੇ। ਹੁਣ ਜੇ ਇੱਥੇ ਵਿਚਾਰ ਕੀਤੀ ਜਾਵੇ ਤੇ ਬੜੀ ਲੰਮੀ ਇਸ ਸ਼ਬਦ ਦੀ ਵਿਚਾਰ ਹੋ ਸਕਦੀ। ਦੋ ਤਰ੍ਹਾਂ ਦੀ ਸੱਭਿਅਤਾ ਹੈ, ਇੱਕ ਦਾ ਜਨਮ ਫਿਲਿਸਤੀਨ ਦੇ ਵਿੱਚ ਹੋਇਆ, ਦੂਜੀ ਦਾ ਹਿੰਦੁਸਤਾਨ ਵਿੱਚ ਹੋਇਆ। ਦੋ ਹੀ ਸੱਭਿਅਤਾ ਦੁਨੀਆਂ ਤੇ ਭਾਰੂ ਆ। ਇੱਧਰ ਜਿਹੜੀ ਫਿਲਿਸਤੀਨ ਵਾਲੀ ਸੱਭਿਅਤਾ, ਇਹਨਾਂ ਵਿੱਚੋਂ ਕੌਣ ਯਹੂਦੀ, ਯਹੂਦੀਆਂ ਚੋਂ ਕੌਣ ਈਸਾਈ, ਮੁਸਲਮਾਨ, ਸਭ ਕੋਈ ਬਹੁਤਾ ਫਰਕ ਨਹੀਂ ਹੈ ਇਹਨਾਂ ਦਾ। ਇਸ ਕਰਕੇ ਗੁਰਬਾਣੀ ਵਿੱਚ ਜਿੱਥੇ ਵੀ ਜ਼ਿਕਰ ਆਊਗਾ ਮੁਸਲਮਾਨ ਵਿੱਚ ਸਾਰੇ ਹੀ ਗਿਣੇ ਨੇ, ਯਹੂਦੀ ਈਸਾਈ ਸਭ ਗਿਣੇ ਨੇ ਮੁਸਲਮਾਨ ਸ਼ਬਦ ਦੇ ਵਿੱਚ। ਇਹਨਾਂ ਦੀ ਜੇ ਤੁਸੀਂ ਵਿਆਖਿਆ ਪੜ੍ਹੋ ਤਾਂ ਇਹ ਲਿਖਦੇ ਨੇ ਵੀ ਜਦੋਂ ਖੁਦਾ ਨੇ ਨਾ ਸ੍ਰਿਸ਼ਟੀ ਬਣਾਈ, ਪਹਾੜ, ਬਨਸਪਤੀ, ਪਸ਼ੂ, ਪੰਛੀ, ਕੀੜੇ ਮਕੌੜੇ, ਫਿਰ ਮਰਦ ਜਾਤ ਪੈਦਾ ਕੀਤੀ, ਇਹਦਾ ਲਿਖਾਰੀ ਜਿਹੜਾ ਨਾ ਬਾਈਬਲ ਦਾ ਜਾਂ ਇਹਨਾਂ ਦੇ ਗ੍ਰੰਥਾਂ ਦਾ, ਯਹੂਦੀਆਂ ਦਾ, ਈਸਾਈਆਂ ਦਾ, ਉਹਨੇ ਔਰਤ ਦੀ ਕੋਈ ਲੋੜ ਨਹੀਂ ਸਮਝੀ ਬਹੁਤੀ। ਉਹ ਕਹਿੰਦਾ ਮਰਦ ਬਣਾ ਕੇ ਖੁਦਾ ਸੌਂ ਗਿਆ ਐਤਵਾਰ, ਐਤਵਾਰ ਵਾਲੇ ਦਿਨ ਤਾਂ ਹੀ ਉਹ ਸੁੱਤੇ ਰਹਿੰਦੇ ਨੇ। ਉਹ ਕਹਿੰਦੇ ਖੁਦਾ ਸੌਂ ਗਿਆ, ਈਸਾਈਆਂ ਦਾ ਇੱਥੇ ਫਿਰ ਦੇਸ਼ ਆ, ਇਸ ਕਰਕੇ ਉਹਨਾਂ ਦਾ ਕਾਨੂੰਨ ਚੱਲਦਾ ਹੈ ਹਰ ਜਗ੍ਹਾ ਤੇ। ਫਿਰ ਉਹ ਜਿਹੜਾ ਬਾਈਬਲ ਦਾ ਕਰਤਾ ਉਹ ਸ਼ਸ਼ੋ ਪੰਜੇ ਚ ਪੈ ਗਿਆ ਵੀ ਜੇ ਔਰਤ ਨਾ ਬਣੀ ਤੇ ਦੁਨੀਆਂ ਅੱਗੇ ਕਿੱਦਾਂ ਚੱਲੂਗੀ। ਉਹਨੂੰ ਫਿਰ ਵਿਚਾਰੇ ਨੂੰ ਦੁਬਾਰਾ ਦਿਮਾਗ ਲਾਉਣਾ ਪਿਆ ਆਪਣਾ, ਵਾਹ ਵਾਹ ਉਹਨੇ ਦਿਮਾਗ ਤੇ ਜ਼ੋਰ ਦਿੱਤਾ। ਹੁਣ ਉਹਨੂੰ ਗਲਤੀ ਮੰਨਣੀ ਚਾਹੀਦੀ ਸੀ ਆਉਂਦੀ, ਪਰ ਉਹਨੇ ਮੰਨਣ ਦੀ ਬਜਾਏ ਇੱਕ ਹੋਰ ਗਲਤੀ ਕਰਤੀ। ਉਹ ਕਹਿੰਦਾ ਜਦੋਂ ਖੁਦਾ ਸੁੱਤਾ ਉੱਠਿਆ ਨਾ ਸੋਮਵਾਰ ਵਾਲੇ ਦਿਨ, ਤਾਂ ਫਿਰ ਖੁਦਾ ਨੇ ਦੇਖਿਆ ਵੀ ਆਦਮ ਬੜਾ ਉਦਾਸ, ਬੰਦਾ ਬਹੁਤ ਉਦਾਸ, ਸਵਰਗ ਦੇ ਸਾਰੇ ਦੁੱਖ ਸੁੱਖ ਇਕੱਲੇ ਰਹਿਣ ਕਰਕੇ ਉਹਦੇ ਮਨ ਦੇ ਵਿੱਚ ਚਾਅ ਨਹੀਂ ਪੈਦਾ ਕਰ ਰਹੇ, ਤਾਂ ਉਹਨੇ ਫਿਰ ਉਹਦਾ ਇਕੱਲਾਪਣ ਦੂਰ ਕਰਨ ਵਾਸਤੇ ਆਪਣੀ ਸ਼ਕਤੀ ਨਾਲ ਬੰਦੇ ਨੂੰ ਸਵਾਇਆ। ਉਹਦੇ ਸਰੀਰ ਚੋਂ ਨਾ ਇੱਕ ਪਸਲੀ ਕੱਢ ਕੇ ਇੱਕ ਖਿਡੌਣਾ ਬਣਾ ਦਿੱਤਾ ਜਿਹਨੂੰ ਕਹਿੰਦੇ ਔਰਤ ਆ, ਵੀ ਇਹਦੇ ਨਾਲ ਖੇਡੀ ਜਾ। ਮਨ ਦਾ ਪਰਛਾਵਾ ਇਹ ਇਹਨਾਂ ਦੀ ਸੱਭਿਅਤਾ ਕਹਿੰਦੀ ਹੈ। ਜੇ ਤੁਸੀਂ ਨਹੀਂ ਮੰਨਦੇ ਤੁਸੀਂ ਪੜ੍ਹ ਸਕਦੇ ਇਹਨਾਂ ਦੇ ਗ੍ਰੰਥ। ਇਹਨਾਂ ਦੀ ਸੱਭਿਅਤਾ ਔਰਤ ਨੂੰ ਸਿਰਫ ਇੱਕ ਖੇਡ ਦੱਸਦੀ ਹੈ, ਦਿਲ ਦਾ ਪਰਚਾਵਾ ਵਾ, ਬੰਦੇ ਦੀ ਉਦਾਸੀ ਦੂਰ ਕਰਦਾ। ਇਹਨਾਂ ਦੇ ਵਿੱਚੋਂ ਹੀ ਮੁਸਲਮਾਨ ਧਰਮ ਹੈ, ਉਹ ਕਾਫੀ ਅੱਗੇ ਲੱਗ ਜਾਂਦਾ। ਉਹ ਕਹਿੰਦਾ ਖੇਤੀ ਆ, ਔਰਤ ਕੀ ਆ, ਇੱਕ ਖੇਤ ਆ, ਖੇਤੀ ਆ ਸਿਰਫ, ਬੱਚਿਆਂ ਰੂਪੀ ਫਸਲ ਜਿੰਨੀ ਮਰਜ਼ੀ ਪੈਦਾ ਕਰ ਲਾ, ਹੋਰ ਕੋਈ ਬਹੁਤਾ ਕੰਮ ਨਹੀਂ ਹੈ ਇਹਦਾ। ਜਿਵੇਂ ਇੱਕ ਮਰਦ ਕਈ ਪੈਲੀਆਂ ਆਪਣੇ ਨਾਂ ਲਵਾ ਸਕਦਾ, ਜਿੰਨੀਆਂ ਮਰਜ਼ੀ ਖਰੀਦ ਕੇ ਵੇਸਵਾ ਰੱਖ ਲਏ, ਚਾਰ ਵਿਆਹ ਵੀ ਕਰਾ ਸਕਦਾ, ਇਹ ਇਹਨਾਂ ਦਾ ਅਸੂਲ ਇੱਦਾਂ ਦਾ ਬਣ ਚੁੱਕਾ ਹੈ। ਦੂਸਰੀ ਸੱਭਿਅਤਾ ਆਉਂਦੀ ਇੱਧਰ ਹਿੰਦੁਸਤਾਨ ਦੀ, ਇਹਦੇ ਵਿੱਚ ਭਾਵੇਂ ਕਿ ਪ੍ਰਕਿਰਤੀ ਈਸ਼ਵਰ ਦੇ ਨਾਲ ਸ਼ੁਰੂ ਤੋਂ ਤੁਰੀ ਆਉਂਦੀ ਆ, ਕਾਦਰ ਦੇ ਨਾਲ ਕੁਦਰਤ ਤੁਰਦੀ ਆ, ਵਿਸ਼ਨੂੰ ਦੇ ਨਾਲ ਲਛਮੀ ਆਉਂਦੀ ਆ, ਪਰ ਫਿਰ ਵੀ ਇਹਨਾਂ ਦੇ ਗ੍ਰੰਥਾਂ ਦੇ ਵਿੱਚ ਵੀ ਇਹੋ ਜਿਹੀਆਂ ਗੱਲਾਂ ਆਉਂਦੀਆਂ ਨੇ
ਜਿਹੜੀਆਂ ਔਰਤ ਨੂੰ ਦੋ ਟਕੇ ਦੀ ਪੈਰਾਂ ਦੀ ਜੁੱਤੀ ਜਾਂ ਨਾਚੀਜ਼ ਜੀ ਤੁਸ਼ ਜੀ ਵਸਤੂ ਇਹ ਗ੍ਰੰਥ ਉਹਨਾਂ ਨੂੰ ਦੱਸਦੇ ਨੇ। ਔਰ ਇਹਨਾਂ ਗ੍ਰੰਥਾਂ ਦੇ ਵਿੱਚ ਵੀ ਔਰਤ ਦਾ ਦਰਜਾ ਜਿਹੜਾ ਹੈ ਉਹ ਕਾਫੀ ਜ਼ਿਆਦਾ ਹੀ ਘਟਾ ਕੇ ਮਾਇਆ ਕਹਿ ਕੇ ਔਰ ਜਾਂ ਚੰਚਲਾ ਕੋ ਚਿੱਤ ਚੰਚਲ ਕਰਤ ਹੈ, ਇਹ ਚੰਚਲਾ ਵਾ ਤੇਰਾ ਚਿੱਤ ਚੰਚਲ ਕਰ ਦੂਗੀ ਜੇ ਤੇਰੇ ਚਿੱਤ ਚ ਆ ਕੇ ਬਹਿ ਗਏ। ਇੱਕ ਜਗ੍ਹਾ ਤੇ ਇਹ ਵੀ ਲਿਖਿਆ ਵਾ ਵੀ ਸੱਪ ਦਾ ਡੰਗ ਮਾੜਾ ਵਾ ਕਿ ਔਰਤ ਬਾਰੇ ਸੋਚਣਾ ਮਾੜਾ ਵਾ। ਇਹ ਪੰਕਤੀ ਥੋੜੀ ਵਿਸਰ ਗਈ, ਇਹ ਬਿਖ ਲੜੇ ਤੋ ਚੜੇ ਜਾਂ ਚਿਤਵਤ ਹੀ ਚੜ ਜਾਏ, ਸੱਪ ਤੇ ਲੜੂਗਾ ਫੇਰ ਜ਼ਹਿਰ ਚੜੂਗਾ, ਤੂੰ ਔਰਤ ਬਾਰੇ ਮਾੜਾ ਜਿਹਾ ਸੋਚਿਆ ਸਹੀ ਤੇ ਚੜ ਗਈ ਤੇਰੇ ਸਰੀਰ ਤੇ, ਮੈਨੇ ਤੇਰਾ ਚਿੱਤ ਖਤਮ, ਕਹਾਣੀ ਖਤਮ, ਸਾਰੀ ਰਾਤ ਬੈਠਾ ਬਸ ਉਹਦੇ ਬਾਰੇ ਹੀ ਸੋਚੇ। ਘਰਦੇ ਕਹਿਣਗੇ ਕੀ ਕਰਦਾ, ਪੜ੍ਹਦਾ ਪਿਆ ਵਾ ਪਰ ਵਿੱਚ ਮੋਬਾਈਲ ਲਗੋ ਕੇ ਬੈਠਾ ਹੋਊਗਾ ਕਿਤਾਬ, ਸਭ ਉੱਧਰ ਹੀ ਜਾਣਗੇ ਬਸ। ਕਈ ਵਾਰੀ ਮੈਂ ਬੜਾ ਹੈਰਾਨ ਹੁੰਦਾ ਵਾ ਵੀ ਪੁਰਾਣੇ ਸਮੇਂ 'ਚ ਕੋਈ ਬੰਦਾ ਮਰਦਾ ਸੀ ਜੀ ਕਿੱਦਾਂ ਮਰ ਗਿਆ, ਕਾਰੋਬਾਰ ਕਰਦਾ ਮਰ ਗਿਆ ਜੀ, ਬਿਜ਼ਨਸ ਕਰਦਾ ਮਰ ਗਿਆ ਜੀ, ਕੋਈ ਸਾਧੂ ਮਰਦਾ ਸੀ ਜੀ ਕਿੱਦਾਂ ਮਰ ਗਿਆ, ਨਾਮ ਜਪਦਿਆਂ ਮਰ ਗਿਆ ਜੀ, ਕੀਰਤਨ ਸੁਣਦਿਆਂ ਮਰ ਗਿਆ ਜੀ। ਅਤੇ ਅੱਜ ਕੱਲ੍ਹ ਜਦੋਂ ਕਿਸੇ ਦੀ ਮੌਤ ਹੋਈ ਤਾਂ ਧਰਮ ਰਾਜੇ ਦੀ ਕਚਹਿਰੀ 'ਚ ਧਰਮ ਰਾਜੇ ਨੇ ਪੁੱਛਿਆ ਮੁੰਡਿਆ ਕਿੱਦਾਂ ਮਰ ਗਿਆ, ਕਹਿੰਦਾ ਜੀ ਇੰਸਟਾਗ੍ਰਾਮ ਚਲਾਉਂਦਾ ਸੀ, ਫੇਸਬੁੱਕ ਦਾ ਮੂੰਹ ਵੇਖਦਾ ਮਰ ਗਿਆ ਮੈਂ, ਆਹ ਕਮਾਈ ਅੱਜ ਕੱਲ੍ਹ ਆ ਲਿਆ ਵੀ ਤੂੰ ਨਾਮ ਜਪਦਾ ਮਰ, ਤੂੰ ਬਾਣੀ ਪੜ੍ਹਦਾ ਮਰ, ਨਹੀਂ ਮਰਨਾ ਇੱਦਾਂ ਤੇ ਚੱਲ ਤੂੰ ਕੁਝ ਕਾਰੋਬਾਰ ਕਰਦਾ ਮਰ, ਕੋਈ ਦੁਨੀਆਂ 'ਚ ਹੀ ਕੋਈ ਚੀਜ਼ ਬਣੇ, ਕੋਈ ਕੰਮ ਆਊਗੀ ਬਾਅਦ ਦੇ ਵਿੱਚ। ਆਹ ਹਾਲ ਸਾਡੇ ਸਿੱਖਾਂ ਦਾ ਹੋ ਚੁੱਕਾ। ਤਾਂ ਇਹ ਜਿਹੜੀ ਦੂਸਰੇ ਬੰਨੇ ਦੀ ਵੀ ਸੱਭਿਅਤਾ ਹੈ ਇਹਦੇ ਵਿੱਚ ਇਹ ਗੱਲਾਂ ਨੇ ਵੀ ਉਹ ਤਾਂ ਸੱਪ ਲੜੂਗਾ ਤੇ ਜ਼ਹਿਰ ਚੜੂਗੇ, ਤੈਨੂੰ ਸੋਚਣਾ ਹੀ ਚੜ੍ਹੀ ਜਾਣਾ ਸਾਰਾ ਕੁਝ। ਤੁਲਸੀਦਾਸ ਜੀ ਦੇ ਵੀ ਸ਼ਬਦ ਬੜੇ ਕਥਾ ਵਾਚਕਾਂ ਨੇ ਜ਼ਬਾਨੀ ਰੱਟੇ ਨੇ ਵੀ ਢੋਲ ਪਸ਼ੂ ਸ਼ੂਦਰ ਕਿਤੇ ਗਵਾਰ ਵੀ ਆਉਂਦਾ ਹੈ, ਨਾਰੀ ਸਕਲ ਯਹ ਤਾੜਨ ਕੇ ਅਧਿਕਾਰੀ, ਢੋਲ ਵੀ ਕੁੱਟਿਆਂ ਹੀ ਕੰਮ ਦਿੰਦਾ ਵਾ ਫੇਰ ਹੀ ਬੋਲਦਾ, ਡੰਗਰ ਪਸ਼ੂ ਮੱਝ ਵੀ ਚੰਗਾ ਮੋਟਾ ਡੰਡਾ ਵਰੇ ਫੇਰ ਹੀ ਤੁਰਦੀ, ਇਸੇ ਤਰ੍ਹਾਂ ਔਰਤ ਵੀ ਇਸੇ ਤਰ੍ਹਾਂ ਹੀ ਠੀਕ ਰਹਿੰਦੀ ਆ ਤੇ ਸ਼ੂਦਰ ਨੌਕਰ ਵੀ ਇਸੇ ਤਰ੍ਹਾਂ ਹੀ, ਮਾੜੀ ਜਾਤ ਵਾਲਾ ਵੀ ਇਸੇ ਤਰ੍ਹਾਂ ਹੀ ਠੀਕ ਰਹਿੰਦਾ। ਮਹਾਂਪੁਰਖਾਂ ਦੀ ਕਿੱਡੀ ਵੱਡੀ ਦੇਣ ਆ, ਸੰਤ ਅਤਰ ਸਿੰਘ ਜੀ ਮਹਾਂਪੁਰਖ ਉਹਨਾਂ ਦੇ ਸਮੇਂ ਬੀਬੀਆਂ ਨੂੰ ਅੰਮ੍ਰਿਤ ਨਹੀਂ ਸੀ ਬਹੁਤਾ ਛਕਾਇਆ ਜਾਂਦਾ, ਜੇ ਛਕਾਇਆ ਜਾਂਦਾ ਸੀ ਤੇ ਸਿਰਫ ਜਪਜੀ ਸਾਹਿਬ ਪੜ ਗਏ, ਉਹ ਵੀ ਕਿਰਪਾਨ ਦਾ, ਕਿਰਪਾਨ ਦਾ ਅੰਮ੍ਰਿਤ ਬੀਬੀਆਂ ਨੂੰ ਛਕਾਉਂਦੇ ਸੀ, ਜਪਜੀ ਸਾਹਿਬ ਪੜ ਕੇ ਸੰਤਾਂ ਨੇ ਆਖਿਆ ਵੀ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਤੇ ਫਿਰ ਵਿਤਕਰਾ ਕਿਉਂ ਆ, ਜਿਹੜਾ ਅੰਮ੍ਰਿਤ ਸਿੰਘ ਛਕੂਗਾ ਪੰਜਾਂ ਬਾਣੀਆਂ ਦਾ ਉਹੀ ਬੀਬੀ ਛਕੂਗੀ, ਉਹੀ ਬੀਬੀ ਛਕੂਗੀ। ਔਰ ਇੱਥੇ ਬਸ ਨਹੀਂ, ਗਰੀਬ ਸਿੱਖਾਂ ਦੀ ਵੀ ਬੁਰੀ ਹਾਲਤ ਸੀ ਉਹਨਾਂ ਸਮਿਆਂ 'ਚ,
ਹੈਰਾਨ ਹੋਵੋਗੇ ਤੁਸੀਂ ਸੁਣ ਕੇ ਪੰਥ ਦੇ ਸਭ ਤੋਂ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਕਥਾ ਕੀਤੀ ਕਮਾਲ ਕਰਦੇ ਸੀ। ਮੈਂ ਭੁਲੇਖਾ ਨਾ ਖਾਵਾਂ 71 ਗ੍ਰੰਥ ਲਿਖੇ ਉਹਨਾਂ 71 ਗ੍ਰੰਥ ਗਿਆਨੀ ਦਿੱਤ ਸਿੰਘ ਜੀ ਨੇ। ਦਸਮ ਗ੍ਰੰਥ ਦੇ ਉੱਤੇ ਬੜਾ ਸੋਹਣਾ ਲਿਖਦੇ ਨੇ ਦੁਰਗਾ ਪ੍ਰਬੋਧ, ਨਕਲੀ ਸਿੱਖ ਪ੍ਰਬੋਧ, ਬਹੁਤ ਸੋਹਣੀਆਂ ਉਹਨਾਂ ਨੇ ਗੱਲਾਂ ਲਿਖੀਆਂ ਨੇ। ਪਰ ਜਦੋਂ ਕਥਾ ਕਰਕੇ ਹਟੇ ਨਾ ਤੇ ਮੱਥਾ ਟੇਕ ਕੇ ਵਿਚਾਰੇ ਨਿੰਮੋ ਝੋਣੇ ਹੋ ਕੇ ਉਦਾਸ ਹੋ ਕੇ ਨੀਵੀਂ ਪਾ ਕੇ ਸੰਗਤ ਵਿੱਚੋਂ ਤੁਰਨ ਲੱਗੇ ਤਾਂ ਸੰਤ ਅਤਰ ਸਿੰਘ ਜੀ ਕਹਿੰਦੇ ਜੀ ਪ੍ਰਸ਼ਾਦ ਲੈ ਕੇ ਜਾਇਓ। ਹੱਥ ਜੋੜ ਕੇ ਆਖਿਆ ਬਾਬਾ ਜੀ ਜੇ ਮੈਂ ਪ੍ਰਸ਼ਾਦ ਲੈ ਲਿਆ ਆ ਜਿੰਨੇ ਬੈਠੇ ਨੇ ਇਹਨਾਂ ਲੈਣਾ ਨਹੀਂ। ਕਿਉਂ? ਕਿਉਂਕਿ ਗਿਆਨੀ ਦਿੱਤ ਸਿੰਘ ਨੀਵੀਂ ਜਾਤ ਦਾ ਹਾਲ ਸੀ ਸਿੱਖਾਂ ਦਾ, ਗੁਰਦੁਆਰੇ ਚ ਕੜਾ ਪ੍ਰਸ਼ਾਦ ਤੋਂ ਵੀ ਏਡਾ ਵੱਡਾ ਇਹਨਾਂ ਚ ਵਿਤਕਰਾ ਸੀ। ਸੰਤਾਂ ਦੇ ਨੇਤਰ ਭਾਰ ਆਏ, ਨੇਤਰ ਸੱਜਲ ਹੋ ਗਏ। ਗਿਆਨੀ ਜੀ ਨੂੰ ਰੋਕਣ ਦੀ ਕੋਸ਼ਿਸ਼ ਬੜੀ ਕੀਤੀ ਪਰ ਉਹਨਾਂ ਆਖਿਆ ਵੀ ਮੈਂ ਕਾਹਨੂੰ ਇਹਨਾਂ ਨਾਲ ਸਿਰ ਫਸਾਊਂਗਾ, ਮੂਰਖਾਂ ਨਾਲ ਉੱਠ ਕੇ ਚਲੇ। ਜਿੰਨਾ ਚਿਰ ਗਿਆਨੀ ਜੀ ਬੈਠੇ ਰਹੇ ਪਿਓ ਦੇ ਪੁੱਤਾਂ ਪ੍ਰਸ਼ਾਦ ਹੀ ਨਹੀਂ ਵਰਤਾਇਆ ਵੀ ਪਹਿਲਾਂ ਕਿਤੇ ਨੀਵੀਂ ਜਾਤ ਦਾ ਪ੍ਰਸ਼ਾਦ ਨਾ ਲੈ ਲੈ। ਸੰਤਾਂ ਬੜੀ ਨਾਰਾਜ਼ਗੀ ਪ੍ਰਗਟ ਕੀਤੀ। ਇਹੋ ਜਿਹਾ ਹਾਲ ਇਸ ਜਗ੍ਹਾ ਤੇ ਸਾਧ ਸੰਗਤ ਜੀ ਚੱਲਦਾ ਸੀ। ਸਤਿਗੁਰੂ ਦਾ ਸਿਧਾਂਤ ਕੀ ਹੈ? ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਇਹਦੀ ਜੇ ਵਿਆਖਿਆ ਕਰਨ ਲੱਗੇ ਕਾਫੀ ਲੰਬੀ ਹੋ ਸਕਦੀ ਹੈ। ਸਿੱਖਾਂ ਨੂੰ ਮਹਾਰਾਜ ਨੇ ਕੀ ਦਰਜਾ ਦਿੱਤਾ? ਧਨ ਫਿਰ ਇਹ ਨਾ ਆਖੀਏ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ। ਧਨ ਫਿਰ ਜੋਤ ਇੱਕ ਤੇ ਸਰੀਰ ਭਾਵੇਂ ਦੋ, ਐਸੀ ਅਵਸਥਾ ਧੰਨ ਗੁਰੂ ਮਹਾਰਾਜ ਜੀ ਨੇ ਸਾਰੇ ਸਿੱਖਾਂ ਨੂੰ ਦਿੱਤੀ ਹੈ। ਤਾਂ ਮਹਾਰਾਜ ਕਹਿੰਦੇ ਵੀ ਸਾਡਾ ਤੇ ਗ੍ਰਿਸ਼ਤੀਆਂ ਦਾ ਧਰਮ, ਇਸ ਕਰਕੇ ਸਾਡੀ ਬੇਨਤੀ ਹੈ ਆਪ ਜੀ ਅੱਗੇ ਕਿ ਅਸੀਂ ਤੁਹਾਡਾ ਸ਼ਬਦ ਜਿਹੜਾ ਹੈ ਉਹ ਨਹੀਂ ਵਿੱਚ ਅੰਕਿਤ ਕਰ ਸਕਦੇ। ਸਾਡਾ ਧਰਮ ਕੀ ਹੈ? ਕਿਰਤ ਕਰੇ, ਨਾਲ ਨਾਲ ਸਿਮਰਨ ਕਰੇ। ਆ ਤੁਸੀਂ 7 ਤੋਂ 8 ਰੋਜ਼ ਸਿਮਰਨ ਕਰਦੇ ਹੋ, ਇਹਦੀ ਬੜੀ ਵੱਡੀ ਮਹਾਨਤਾ ਇੱਥੇ ਮਹਾਰਾਜ ਦਰਸਾ ਰਹੇ। ਸਿਮਰ ਹੈ ਮਿਲ ਕਰ ਸ਼੍ਰੀ ਪਰਮੇਸ਼ਰ, ਮਿਲ ਕੇ ਇਕੱਠੇ ਹੋ ਕੇ ਸਿਮਰਨ ਕਰੇ ਵਾਹਿਗੁਰੂ ਪਰਮੇਸ਼ਰ। ਤੇ ਸਿਮਰਨ ਦੇ ਵਿੱਚ ਕਿੱਡੀ ਵੱਡੀ ਤਾਕਤ ਆ। ਕਹਿੰਦੇ ਸੁਖਮਣੀ ਸਾਹਿਬ ਪੜ੍ਹ ਕੇ ਦੇਖਿਓ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਾਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗ ਹੈ ਮਾਨੀ। ਇੱਕ ਮੈਂ ਬੇਨਤੀ ਕਰਾਂ ਬਾਬਾ ਕਾਹਨ ਦਾਸ ਜੀ ਦੀ, ਕਿਉਂ ਮੈਂ ਉਹਨਾਂ ਦੇ ਬਾਰੇ ਮੈਨੂੰ ਅੱਜ ਬੋਲਣ ਦਾ ਹੁਕਮ ਹੋਇਆ ਵਾ, ਕੁਝ ਨਾ ਕੁਝ ਮੈਂ ਉਹਨਾਂ ਦਾ ਵੀ ਸੁਣਾਵਾਂ। ਬਹੁਤਾ ਜੀਵਨ ਤਾਂ ਨਹੀਂ ਮੈਨੂੰ ਉਹਨਾਂ ਦਾ ਪ੍ਰਾਪਤ ਹੋਇਆ। ਬਾਬਾ ਕਾਹਨ ਦਾਸ ਜੀ ਦੀ ਗਾਥਾ ਇੰਨੀ ਕੁ ਸੁਣੀ ਹੈ ਦਾਸ ਨੇ, ਉਹ ਮੈਂ ਜ਼ਰੂਰ ਸੁਣਾ ਦਿੰਦਾ ਕਿ ਬਾਬਾ ਕੁੰਮਾ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਲਾਂਗਰੀ ਹੋਏ ਨੇ। ਉਹਨਾਂ ਨੇ ਪਿੰਡ ਬੰਨਿਆ ਹੈ, ਉਸ ਪਿੰਡ ਦਾ ਨਾਂ ਲੰਗੇਰੀ। ਉਹਨਾਂ ਦੇ ਖਾਨਦਾਨ ਦੇ ਵਿੱਚੋਂ ਅੱਗੇ ਹੋਏ ਨੇ ਬਾਬਾ ਨਾਰਾਇਣ ਸਿੰਘ ਤੇ ਬਾਬੇ ਨਾਰਾਇਣ ਸਿੰਘ
ਜੀ ਦੀ ਸ਼ਾਦੀ ਹੋਈ ਆ ਬਾਬੇ ਕੁੰਦਰ ਸਿੰਘ ਦੀ ਲੜਕੀ ਬੀਬੀ ਰਾਜ ਕੌਰ। ਸੱਤ ਲੜਕੀਆਂ ਪੈਦਾ ਹੋਈਆਂ ਜੀ। ਨਾਮ ਦੀ ਮਹਾਨਤਾ ਦੱਸਣ ਲੱਗਾ ਵੀ ਜਿਹੜੀ ਜਵਾਨ ਨਾਮ ਜਪਦੀ ਉਹਦੀ ਤਾਕਤ ਵੇਖਿਓ ਤੁਸੀਂ। ਸੱਤ ਲੜਕੀਆਂ ਪੈਦਾ ਹੋਈਆਂ ਨੇ, ਤਿੰਨ ਬਚਪਨ ਚ ਮਰ ਗਈਆਂ, ਚਾਰ ਹੌਲੀ ਹੌਲੀ ਮਰ ਗਈਆਂ। ਬੀਬੀ ਰਾਜ ਕੌਰ ਇੱਕ ਦਿਨ ਨਾ ਮੰਡੇਰੀ ਕਿਸੇ ਦੀ ਮਕਾਣੇ ਗਈ ਸੀ। ਬਾਬਾ ਕਾਨਦਾਸ ਉਦਾਸੀ ਸੰਤ ਤੁਰਿਆ ਜਾ ਰਿਹਾ ਸੀ ਤੇ ਬੀਬੀਆਂ ਨੇ ਆਖਿਆ, ਵਿੱਚੋਂ ਇੱਕ ਬੀਬੀ ਕਹਿੰਦੀ ਭੈਣ ਜੀ ਸੰਤ ਜਾ ਰਹੇ। ਤੇ ਬੀਬੀ ਰਾਜ ਕੌਰ ਕਹਿਣ ਲੱਗੀ ਕਿਹੜੇ ਸੰਤ, ਸਾਡੇ ਤੇ ਘਰ ਦਾ ਦੀਵਾ ਹੀ ਬੁਝ ਗਿਆ, ਵੇਖੇ ਇਹੋ ਜਿਹੇ ਬੜੇ ਸੰਤ। ਸੱਤ ਲੜਕੀਆਂ ਉਹ ਵੀ ਮਰ ਗਈਆਂ ਤੇ ਬੱਚਾ ਹੋਰ ਗਾਂ ਤੇ ਕੀ ਹੋਣਾ। ਇਹ ਕਿੱਡਾ ਸੋਹਣਾ, ਬਾਬੇ ਕਾਨਦਾਸ ਨੇ ਮੁੜ ਕੇ ਵੇਖਿਆ ਕੌਣ ਆਏ, ਗੁਰੂ ਨਾਨਕ ਦੇ ਘਰ ਤੇ ਹੀ ਸ਼ੰਕਾ। ਤੇ ਬਾਬੇ ਕਾਨਦਾਸ ਹੁਣੀ ਕਹਿੰਦੇ ਬੀਬੀ ਉਪਰਾਮ ਨਾ ਹੋ, ਤੂੰ ਇੱਕ ਦੀ ਗੱਲ ਕਰਦੀ ਜਾਂ ਤਿੰਨ ਜੰਮਣਗੇ ਤੇਰੇ, ਪਰ ਸ਼ਰਤ ਇਹ ਆ ਇੱਕ ਸਾਡਾ ਹੋਊਗਾ। ਤਾਂ ਤਿੰਨ ਉਹਦੇ ਬੀਬੀ ਰਾਜ ਕੌਰ ਦੇ ਲੜਕੇ ਹੋਏ, ਉਹਨਾਂ ਚੋਂ ਜਿਹੜਾ ਇੱਕ ਸੀ ਫਿਰ ਉਹ ਬਣਿਆ ਸੰਤ ਜਵਾਲਾ ਸਿੰਘ ਰਖੋਵਾ। ਮਹਾਰਾਜ ਕਹਿੰਦੇ ਤੂੰ ਸਿਮਰਨ ਕਰਤੇ ਸਹੀ, ਮਾਈ ਸੱਤ 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 ਹਰ, ਸੱਤ 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 ਸਾਧਾ, ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਕ ਗਾਂਠਰੀ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ, ਸੱਚ ਹੋਵੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ ਜੀ, ਲੇਖੇ ਕਦੇ ਨਾ ਛੁੱਟੀਏ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ, ਕਾਰ ਧਰਮ ਕੀ ਕਰ ਗੁਜ਼ਰਾਨੈ, ਸੇਵੈ ਸੰਤਨ ਸਹਿਤ ਉਮੰਗ, ਪਾਓ ਭਗਤ ਕਰ ਜਗਤ ਸੋ ਤਰ ਹੈ, ਸਤ ਨਾਮ ਕੋ ਚੜਬੋ ਰੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।